ਕਲਾ ਦੇ ਹੰਗ ਸੰਗ ਵਿੱਚ ਇੱਕ ਵਾਰ ਫੇਰ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਪ੍ਰੋਗਰਾਮ ਨੂੰ ਤੁਸੀਂ ਬਹੁਤ ਮਾਣ ਦੇ ਰਹੇ ਹੋ। ਉਹਦੇ ਲਈ ਮੋਣਗਿਲ ਹਮੇਸ਼ਾ ਹੀ ਤੁਹਾਡਾ ਰਿਣੀ ਰਹੇਗਾ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਆਮ ਤੌਰ ਤੇ ਸਮਾਜਿਕ ਗੱਲਾਂ-ਬਾਤਾਂ ਕਰਦੇ ਆਂ। ਕਲਾਮਈ ਜਿਹੜੀਆਂ ਹਸਤੀਆਂ, ਸ਼ਖਸੀਅਤਾਂ ਸਾਡੇ ਇਸ ਇਲਾਕੇ ਵਿੱਚ ਰਹਿੰਦੀਆਂ ਨੇ ਜਾਂ ਹਿੰਦੁਸਤਾਨ ਤੋਂ ਜਾਂ ਕਿਸੇ ਵੀ ਦੁਨੀਆ ਦੇ ਦੇਸ਼ ਦੇ ਵਿੱਚੋਂ ਜਦੋਂ ਇੱਥੇ ਘੇੜਾ ਮਾਰਦੇ ਨੇ। ਸਾਡੀ ਕੋਸ਼ਿਸ਼ ਹੈ ਹੁੰਦੀ ਆ ਵੀ ਆਪਾਂ ਉਹਨਾਂ ਨਾਲ ਉਹਨਾਂ ਦੀ ਜਿਹੜੀ ਕਲਾ ਪ੍ਰਤੀ ਦਿੱਤੀ ਦੇਣ ਤੇ ਉਹਨਾਂ ਦੇ ਜੀਵਨ ਬਾਰੇ ਗੱਲਬਾਤ ਕਰੀਏ ਅੱਜ ਇਸ ਲੜੀ ਦੇ ਵਿੱਚ ਮੈਂ ਬੜਾ ਮਾਣ ਮਹਿਸੂਸ ਕਰ ਰਿਹਾ ਕਿ ਸਾਧੂ ਬਿੰਨਿੰਗ ਜੀ ਸਟੂਡੀਓ ਦੇ ਵਿੱਚ ਆਏ ਹੋਏ ਨੇ ਸਾਧੂ ਬਿੰਨਿੰਗ ਜੀ ਕਲਾ ਦੇ ਅੰਗ ਸੰਗ ਜੀ ਆਏ ਹਨ ਬਹੁਤ ਬਹੁਤ ਮਿਹਰਬਾਨੀ ਮੋਹਨ ਗਿਲ ਜੀ ਮੈਨੂੰ ਤੁਸੀਂ ਪਹਿਲਾਂ ਵੀ ਇੱਕ ਦੋ ਵਾਰ ਮੌਕਾ ਦਿੱਤਾ ਤੇ ਹੁਣ ਵੀ ਆ ਕੇ ਮੈਨੂੰ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਇਸ ਪ੍ਰੋਗਰਾਮ 'ਚ ਸ਼ਾਮਲ ਹੋ ਕੇ ਅੱਜ ਮੈਂ ਤੁਹਾਨੂੰ ਵਿਸ਼ੇਸ਼ ਤੌਰ ਤੇ ਲੈ ਕੇ ਤਾਂ ਆਇਆ ਹੈਗਾ ਜਿਹੜੀ ਮਰਦੂਮ ਸਮਾਰੀ ਆ ਰਹੀ ਆ ਸੈਂਸਰਸ ਆ ਰਹੀ ਆ ਉਹਦੇ ਬਾਰੇ ਆਪਾਂ ਗੱਲ ਅੱਗੇ ਚੱਲ ਕੇ ਕਰਾਂਗੇ ਪਰ ਸ਼ੁਰੂ ਦੇ ਵਿੱਚ ਮੈਂ ਚਾਹਾਂਗਾ ਵੀ ਆਪਾਂ ਲੜੀ ਜੋੜੀਏ ਤੁਸੀਂ ਆਪਣੇ ਬਾਰੇ ਥੋੜਾ ਜਿਹਾ ਦੱਸੋ ਆ ਮੈਂ ਮੌਂਟਪੇਥੇ 1967 ਦੇ ਵਿੱਚ ਆਇਆ ਸੀ 19-20 ਸਾਲ ਦਾ ਸੀ ਉਦੋਂ ਜਵਾਨ ਤੇ ਉਦੋਂ ਹੁਣ ਨਾਲੋਂ ਜਿਹੜੀ ਬਹੁਤ ਵੱਖਰਾ ਸੀ ਇੱਥੇ ਮਾਹੌਲ ਆਪਣਾ ਭਾਈਚਾਰਾ ਬਹੁਤ ਛੋਟਾ ਸੀ ਹਜੇ ਬਹੁਤੇ ਲੋਕ ਵੈਨਕੂਵਰ ਦੇ ਆਲੇ ਦੁਆਲੇ ਵੈਨਕੂਵਰ ਇਹਦੇ ਸੀ ਜਿੱਥੇ ਇੱਕ ਮੇਲਾ ਹੁੰਦੀਆਂ ਸੀ ਉੱਥੇ ਜਾਦੇ ਲੋਕ ਬਸਿਓ ਸੀ ਤੇ ਕਿਸੇ ਕਿਸਮ ਦਾ ਕੋਈ মিডিਆ ਨਹੀਂ ਸੀ ਹਜੇ ਜਿਵੇਂ ਹੁਣ ਮਤਲਬ ਬਿਲਕੁਲ ਇੱਕ ਵੱਖਰਾ ਹੈਗਾ ਦੁਕਾਨਾਂ ਕੋਈ ਨਹੀਂ ਸੀ ਇੱਕ ਦੁਕਾਨ ਹੁੰਦੀ ਸੀ ਇਸ ਸਟ੍ਰੀਟ ਦੇ ਉੱਤੇ ਉੱਥੋਂ ਸਾਰੇ ਗਰੋਸਰੀ ਲਿਆਉਂਦੇ ਜਾਂਦੇ ਸੀ ਆ ਸੋ ਬੋਤ ਬਖਰਾ ਮਾਹੌਲ ਸੀ ਉਦੋਂ ਤੇ ਜਿਹੜੀ ਮੇਰੇ ਲਈ ਜਿਹੜੀ ਵੱਡੀ ਸ਼ੌਕਿੰਗ ਵਾਲੀ ਤੁਸੀਂ ਗੱਲ ਕਹਿ ਸਕਦੇ ਹੋ ਜੀ ਉਹ ਏਸੀਪੀ دوست ਕੋਈ ਨਹੀਂ ਸੀ ਸਾਰੇ ਉਧਰ ਰਹਿ ਗਏ ਤੇ ਮੈਨੂੰ ਚੌਥੀ ਪੰਜਵੀਂ ਤੋਂ ਪੜਨ ਦਾ ਬਹੁਤ ਸ਼ੌਕ ਸੀ ਮਤਲਬ ਖਾਸ ਤੌਰ ਤੇ ਨਾਵਲ ਕਹਾਣੀਆਂ ਤੇ ਉਹ ਮੈਂ ਇਸ ਸ਼ੌਕ ਨੂੰ ਉੱਥੇ ਉਰਦੂ ਵੀ ਸਿੱਖਿਆ ਸੀ ਦਸਵੀਂ ਤੋਂ ਬਾਅਦ ਸੋ ਮੈਂ ਪੰਜਾਬੀ ਹਿੰਦੀ ਤੇ ਉਰਦੂ ਬਦਵਚ ਅੰਗਰੇਜ਼ੀ ਸਾਰੀਆਂ ਜ਼ਬਾਨਾਂ ਦੇ ਵਿੱਚ ਜਿਹੜਾ ਉਹ ਖਾਸ ਤੌਰ ਤੇ ਫਿਕਸ਼ਨ ਬਹੁਤ ਪੜਦਾ ਸੀ ਉਹ ਇੱਥੇ ਅੰਗਰੇਜ਼ੀ ਦੇ ਵਿੱਚ ਤਾਂ ਕਿਤਾਬਾਂ ਜਿਹੜੀਆਂ ਉਹ ਲਾਇਬ੍ਰੇਰੀ ਦੇ ਵਿੱਚ ਸਗੀਆਂ ਮਿਲਦੀਆਂ ਸੀ ਤੇ ਪਰ ਨਾ ਪੰਜਾਬੀ ਨਾ ਹਿੰਦੀ ਨਾ ਉਰਦੂ ਕਿਸੇ ਵੀ ਜ਼ਬਾਨ ਦੇ ਵਿੱਚ ਇੱਥੇ ਕਿਤਾਬ ਨਹੀਂ ਸੀ ਮਿਲਦੀ ਮੈਨੂੰ ਪਹਿਲੇ ਕੁਝ ਮਹੀਨੇ ਕੋਸ਼ਿਸ਼ ਕਰਨੀ ਪਈ ਇੱਥੇ ਇੱਕ ਗੁਰਬਖਸ਼ ਸਿੰਘ ਪੀਤਲੜੀ ਹੋਣਾ ਨੇ ਇੱਕ ਬੰਦਾ ਇੱਥੇ ਮਕਰਰ ਕੀਤਾ ਹੁੰਦਾ ਸੀ ਪੀਤਲੜੀ ਲਈ ਹਾਂਜੀ ਉਹਨੂੰ ਲੱਭਣ ਨੂੰ ਤੇ ਉਹਦੇ ਨਾਲ ਸੰਪਰਕ ਕਰਨੇ ਨੂੰ ਕਿ ਮਤਲਬ ਮੈਨੂੰ ਪੀਤਲੜੀ ਜਿਹੜੀ ਹੋਣੀ ਸ਼ੁਰੂ ਹੋ ਜੇ ਉੱਥੇ ਮੈਂ ਲਗਾਤਾਰ ਪੜਦਾ ਸੀ ਸੋ ਮਾਹੌਲ ਬਹੁਤ ਵੱਖਰਾ ਸੀਗਾ ਤੇ ਉਸ ਵੇਲੇ ਮਤਲਬ ਸਾਡੇ ਡਿਸਕਸਨਾਂ ਹੋਣ ਜਿਹੜੇ ਪੱਧਰ ਤੇ ਅਸੀਂ ਪਹੁੰਚੇ ਆਂ ਇਦਾਂ ਦੀ ਕੋਈ ਉਦੋਂ ਸੁਪਨਾ ਵੀ ਨਹੀਂ ਸੀ ਇਸ ਕਰਨਾ ਕਿ ਇਦਾਂ ਦਾ ਮਾਹੌਲ ਬਣ ਜਾਊਗਾ ਰੇਸਿਜ਼ਮ ਵੀ ਬਹੁਤ ਸੀ ਤੇ ਹਰ ਕਿਸਮ ਦਾ ਜਿਹੜਾ ਵਾਲੇ ਦੋਲੇ ਮਤਲਬ ਜਦੋਂ ਮੈਂ ਆਇਆ ਪਰ ਹੌਲੀ ਹੌਲੀ ਜਿਹੜੀਆਂ ਲੋਕ ਆਉਂਦੇ ਗਏ ਪਹਿਲਾਂ ਤਾਂ 60s ਦੇ ਵਿੱਚ ਮੈਂ 67 ਚ ਆਇਆ ਸੀ ਉਸ ਤੋਂ ਪਹਿਲਾਂ ਵੀ 2-3 ਸਾਲ ਆਪਣੇ ਜਿਹੜੇ ਪਹਿਲੇ ਲੋਕ ਇੱਥੇ ਆਏ ਸੀ ਉਹਨਾਂ ਦੇ ਪਰਿਵਾਰ ਆਉਣੇ ਸ਼ੁਰੂ ਹੋ ਗਏ ਸੀ ਅਸੀਂ ਵੀ ਉਸੇ ਤਕਰੀਬਨ ਸਮਾਂ ਦੇ ਵਿੱਚ ਆਏ ਸੀ ਕਿਉਂਕਿ ਮੇਰੇ ਮੇਰੇ ਪਿਤਾ ਜੀ ਇੱਥੇ ਪਾਪਾ ਜੀ ਨੂੰ ਅਸੀਂ ਕਹਿੰਦੇ ਸੀ ਉਹ 1960 ਦੇ ਦੌਰੇ ਆਏ ਸੀ ਤੇ ਮੇਰੇ ਤਾਇਆ ਜੀ ਇੱਥੇ 1931 ਦੇ ਆਏ ਹੋ ਸੀ ਸੋ ਪੁਰਾਣਾ ਲਿੰਕ ਸੀ ਉਹਨਾਂ ਦੇ ਨਾਲ ਤੇ ਉਹਦੇ ਨਾਲ ਫਿਰ ਹੋਰ ਲੋਕ ਆਉਣੇ ਸ਼ੁਰੂ ਹੋ ਗਏ ਪਰ ਫਿਰ 68 ਦੇ ਵਿੱਚ ਇਹਨਾਂ ਨੇ ਕੁਝ ਤਬਦੀਲੀਆਂ ਕੀਤੀਆਂ ਇਮੀਗ੍ਰੇਸ਼ਨ ਦੇ ਕਾਨੂੰਨਾਂ ਦੇ ਵਿੱਚ 70 72 ਦੇ ਵਿੱਚ ਦੋ ਸਾਲਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਚ ਆਪਣੇ ਇੱਥੇ ਨੌਜਵਾਨ ਆਏ ਜਿਨ੍ਹਾਂ ਨੇ ਪੜੇ ਲਿਖੇ ਕਹਿੰਦੇ ਆ ਜਿਹੜੇ ਪੜੇ ਲਿਖੇ ਵੀ ਸੀ politically conscious ਵੀ ਸਕੇ ਉਹਨਾਂ ਦੇ ਨਾਲ ਆਉਂਦਿਆਂ ਨਾਲ ਹੀ ਇੱਥੇ ਨਸਲਵਾਦੀ ਹੋਇਆ ਤੇ ਉਹਨਾਂ ਨੇ ਆਪਣੇ ਆਪ ਨੂੰ ਜਥੇਬੰਦ ਕਰਨਾ ਸ਼ੁਰੂ ਕਰ ਦਿੱਤਾ ਸ਼ੁਰੂ ਦੇ ਵਿੱਚ ਸੋ ਉਹਦੇ ਨਾਲ ਬਿਲਕੁਲ ਮਾਹੌਲ ਜਿਹੜਾ ਬਦਲਣਾ ਸ਼ੁਰੂ ਹੋ ਗਿਆ 1973 ਵਿੱਚ ਵਾਸ਼ਾ ਸ਼ੁਰੂ ਹੋ ਗਈ ਉਹਦੋਂ ਕਿ ਵਤਨੋਂ ਦੂਰ ਉਹ ਤੋਂ ਪਹਿਲਾਂ ਇੱਕ ਨਵੀਂ ਧਰਤੀ ਮੈਗਜ਼ੀਨ ਸ਼ੁਰੂ ਹੋ ਗਿਆ ਸੀਗਾ ਸਾਲ ਕ ਪਹਿਲਾਂ ਤੇ 73 ਦੇ ਵਿੱਚ ਵਤਨੋਂ ਦੂਰ ਸ਼ੁਰੂ ਹੋਇਆ ਸੁਰੇਂਦਰ ਤੰਜਲੋੜਾ ਨੇ ਕੀਤਾ ਸੋ ਉਹਦੇ ਨਾਲ ਜਿਹੜੀ ਜਿਹੜਾ ਮਾਹੌਲ ਹੋਇਆ ਤੇ ਇੱਕ ਵੱਡੀ ਗੱਲ ਜਿਹੜੀ ਉਦੋਂ ਇਹ ਵਾਪਰੀ ਕਿ ਉਹ ਤੋਂ ਪਹਿਲਾਂ ਬਹੁਤ ਵੱਡੀ ਗਿਣਤੀ ਵੀਸੀ ਜੁਵੈਨਕੋਬਰ ਚ ਆਉਂਦੀ ਸੀ ਇੱਥੇ ਹੀ ਮਤਲਬ ਰਹਿੰਦੇ ਸੀ ਤੇ ਉਹਦੇ ਨਾਲ ਫਿਰ ਦੂਜੇ ਸੈਂਟਰਾਂ ਦੇ ਵਿੱਚ ਦੂਜੇ ਕੇਂਦਰਾਂ ਦੇ ਵਿੱਚ ਯੂ ਨੋ ਖਾਸ ਤੌਰ ਤੇ ਟੋਰਾਂਟੋ ਕੈਲਗਰੀ ਐਡਮੰਟਨ ਵਿਨੀਪੈਗ ਮੌਂਟਰੀਅਲ ਇਹਨਾਂ ਸਾਰੇ ਕੇਂਦਰਾਂ ਵਿੱਚ ਲੋਕ ਹੌਲੀ ਹੌਲੀ ਜਾਣੇ ਸ਼ੁਰੂ ਹੋ ਗਏ ਤੇ ਇਮੀਗ੍ਰੇਸ਼ਨ ਵੀ ਉੱਥੇ ਕਈਆਂ ਨੂੰ ਮਿਲਣੀ ਥੋੜੀ ਜਿਹੀ ਸਖਾਲੀ ਸੀ ਸੋ ਉਹਦੇ ਨਾਲ ਜਿਹੜਾ ਸਾਡਾ ਮਤਲਬ ਉਹ ਇੱਕ ਵੱਖਰਾ ਫਿਰ ਮਤਲਬ ਜਿਹੜੀ ਸਟੇਜ ਸ਼ੁਰੂ ਹੋ ਗਈ ਸਾਡੇ ਭਾਈਚਾਰੇ ਦੀ ਛੋਟਾ ਛੋਟਾ ਪੰਜਾਬ ਹਾਂ ਵੱਖਰੇ ਵੱਖਰੇ ਥਾਂ ਹੀ ਉਹ ਬਣਨਾ ਸ਼ੁਰੂ ਹੋ ਗਿਆ ਤੇ ਉਹ ਹਰੇਕ ਥਾਂ ਹੀ ਤਕਰੀਬਨ ਜਿਹੜੇ ਉਹ ਨੌਜਵਾਨ ਸੀ ਉਹਨਾਂ ਨੇ ਆਪੋ ਆਪਣੀਆਂ ਜਥੇਬੰਦੀਆਂ ਵੀ ਬਣਾਈਆਂ ਉਹਦੇ ਨਾਲ ਮਤਲਬ ਇੱਕ ਜਿਹੜੀਆਂ ਸਾਡੇ ਇੱਥੇ ਸਮੱਸਿਆਵਾਂ ਉਦੋਂ ਆ ਰਹੀਆਂ ਸੀਗੀਆਂ ਉਹਨਾਂ ਦੇ ਨਾਲ ਵੀ ਮੁਕਾਬਲਾ ਤੇ ਸਮਝਣਾ ਇਸ ਮੁਲਕ ਨੂੰ ਵੀ ਸੋ ਉਹ ਪ੍ਰੋਸੈਸ ਜਿਹੜਾ ਖਾਸ ਤੌਰ ਤੇ 70s ਹੈਗਾ ਉਹ ਇਸ ਪੱਖੋਂ ਬਹੁਤ ਮਹੱਤਵਪੂਰਨ ਧਾਗਾ ਸੀਗਾ ਸਾਡੇ ਲਈ ਇਹ ਉਹਦੇ ਵਿੱਚ ਬਹੁਤ ਕੁਝ ਨਵਾਂ ਵਾਪਰਿਆ ਔਰ ਬਹੁਤ ਕੁਝ ਨਵੇਂ ਦੀ ਸ਼ੁਰੂਆਤ ਹੋਈ ਸ਼ੁਰੂਆਤ ਔਰ ਉਹ ਸਾਰਾ ਕੁਝ ਤੁਹਾਡੀਆਂ ਜਿਹੜੀਆਂ ਲਿਖਤਾਂ ਦੇ ਵਿੱਚ ਵੀ ਮਤਲਬ ਤੁਸੀਂ ਉਹਨੂੰ ਉਹਨੂੰ ਸ਼ਾਮਿਲ ਕੀਤਾ ਹੈਗਾ ਹਾਂ ਕਿਉਂਕਿ ਮੈਂ ਮੈਂ ਕਦੀ ਆਪਣੇ ਨੂੰ ਐਡਾ ਕੋਈ ਲੇਖਕਤ ਨਹੀਂ ਕਿ ਮੈਂ ਵਿਹਾ ਕਵਤਾ ਜਾਂ ਕਹਾਣੀ ਪਰ ਇਹ ਗੱਲ ਡੈਫੀਨਿਟਲੀ ਤੁਹਾਡੀ ਇਸ ਗੱਲ ਦੇ ਨਾਲ ਮੈਂ ਸਹਿਮਤ ਹਾਂ ਔਰ ਇਸੇ ਗੱਲ ਦਾ ਮੈਨੂੰ ਮਾਣ ਵੀ ਹੈ ਥੋੜਾ ਜਿਹਾ ਕਿ ਮੇਰੀਆਂ ਕਵਤਾਵਾਂ ਦੇ ਵਿੱਚ ਵੀ ਜਿਹੜੀ ਪਹਿਲੀ ਮੇਰੀ ਕਿਤਾਬ 1976 ਛਪੀ ਸੀ ਸੋਨੇ ਰੰਗੀ ਸੜਕ ਉਹਦੀਆਂ ਸਾਰੀਆਂ ਕਵਤਾਵਾਂ ਇਤਕੀਬਨ ਇੱਥੋਂ ਦੀ ਜਿਹੜੇ ਸਾਡੀਆਂ ਸਮੱਸਿਆਵਾਂ ਸੀਗ ਉਹਦੇ ਨਾਲ ਉਹ ਉਹ ਡੀਲ ਕਰਦੀਆਂ ਹੈਗੀਆਂ ਉਹਦੇ ਬਾਰੇ ਉਹ ਹੈਗੀਆਂ ਸੋ ਇਸ ਪੱਖੋਂ ਇੱਕ ਉਹ ਸਾਡੇ ਭਾਈਚਾਰੇ ਦਾ ਦਸਤਾਵੇਜ਼ ਜਰੂਰ ਹੈਗੀਆਂ ਭਾਵੇਂ ਉਹਦੇ ਵਿੱਚ ਕਪਤਾਲੀ ਕੋਈ ਐਡੀ ਗੱਲ ਨਾ ਹੋਵੇ ਮਤਲਬ ਵੱਖਰੀ ਗੱਲ ਹੈਗੀ ਹੈ ਪਰ ਉਹਨੇ ਉਹ ਚੀਜ਼ਾਂ ਆਪਾਂ ਕਹਿੰਦੇ ਹਾਂ ਰਿਕਾਰਡ ਕੀਤੀਆਂ ਉਸ ਸਮੇਂ ਤੁਸੀਂ ਜਾ ਕੇ ਉਹ ਦੇਖ ਸਕਦੇ ਆਂ ਕਿ ਉਹਦੋਂ ਕਿਸ ਕਿਸ ਨੂੰ ਦਾ ਮਾਹੌਲ ਇਸ ਸੀ ਕਿਸ ਕਿਸ ਨੂੰ ਦਾ ਨਸਰਵਾਦ ਸੀਗਾ ਤੇ ਇਹਦੇ ਨੇ ਮੇਰੀਆਂ ਕੁਝ ਕਹਾਣੀਆਂ ਵੀ ਜਿਹੜੀਆਂ ਉਹ ਉਸ ਸਮੇਂ ਬਾਰੇ ਸੀਗੀਆਂ ਤੇ ਦੂਜੇ ਲੋਕਾਂ ਦੀਆਂ ਵੀ ਮੈਂ ਸਮਝਦਾ ਕਿ ਉਸ ਵੇਲੇ ਜਿਹੜਾ ਜਿਹੜਾ ਸਾਡੇ ਭਾਈਚਾਰੇ ਦੇ ਵਿੱਚ ਜਿਹੜਾ ਲਿਖਣ ਦੇ ਤਰੀਕਿਆਂ ਬਹੁਤੇ ਲੋਕਾਂ ਨੇ ਨਾ ਉਸ ਸਮੇਂ ਬਾਰੇ ਲਿਖਿਆ ਔਰ ਲੋੜ ਵੀ ਸੀ ਸੋ ਉਹ ਉਹਦੇ ਨਾਲ ਜਿਹੜਾ ਉਹ ਮਤਲਬ ਇੱਕ ਤਰ੍ਹਾਂ ਹੀ ਡਾਕੂਮੈਂਟ ਵੀ ਹੋਣੀ ਸ਼ੁਰੂ ਹੋਵੇਗਾ ਉਹ ਜਿਹੜੀਆਂ ਉਸ ਵੇਲੇ ਤੁਹਾਨੂੰ ਸਮੱਸਿਆਵਾਂ ਆਉਂਦੀਆਂ ਸੀਗੀਆਂ ਉਹ ਤੁਸੀਂ ਆਪਣੀ ਲਿਖਤ ਦੇ ਵਿੱਚ ਆ ਜਾਗਰ ਕੀਤੀਆਂ ਬਿਲਕੁਲ ਬਿਲਕੁਲ ਉਹਦੇ ਨਾਲ ਮਤਲਬ ਤੁਸੀਂ ਇਹ ਕਹ ਲਓ ਕਿ ਅਸੀਂ ਇੱਕ ਤਰ੍ਹਾਂ ਬੇਸਿਜ਼ਮ ਬਾਰੇ ਆਪਣੇ ਆਪ ਨੂੰ ਅਵੇਅਰ ਕਰਦੇ ਸੀ ਭਾਈਚਾਰੇ ਨੂੰ ਕਰਦੇ ਸੀ ਤਾਂ ਦੂਜੀ ਲੜਾਈ ਦੀ ਵੀ ਗੱਲ ਕਰਦੇ ਸੀ ਲੜਾਈ ਦੀ ਵੀ ਅਸੀਂ ਇਹਨੂੰ 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 ਮਤਲਬ ਇਹ ਇਹ ਇਹਨੂੰ ਖਤਮ ਕਿਵੇਂ ਕਰੀਏ ਇਸ ਤਰ੍ਹਾਂ ਦੀਆਂ ਜਿਹੜੀਆਂ ਜਿਹੜੇ ਸਵਾਲ ਜਦੋਂ ਉੱਠਦਾ ਸੀ ਤਾਂ ਫਿਰ ਉਹਦਾ ਹੀ ਜਵਾਬ ਉਦੋਂ ਹੀ ਲੱਭਣਾ ਮਿਲਦਾ ਹਾਂਜੀ ਹਾਂਜੀ ਫਿਰ ਫਿਰ ਤੁਹਾਡੇ ਸਮੇਂ ਦੇ ਵਿੱਚ ਫਾਰਮਿੰਗ ਦੇ ਵਿੱਚ ਵੀ ਜਿਹੜਾ ਜਿਹੜਾ ਫਾਰਮ ਵਰਕਰਾਂ ਦੇ ਨਾਲ ਵੀ ਵਾਵਾ ਉਹ ਉਹ ਉਹਦੇ ਵਿੱਚ ਵੀ ਬੜਾ ਵੱਡਾ ਕੰਮ ਕੀਤਾ ਗਿਆ ਬਹੁਤ ਖਾਸ ਕਰਕੇ ਇੱਥੇ ਵੈਨਕੂਵਰ ਫਰੇਜ਼ਰ ਵੈਲੀ ਦੇ ਵਿੱਚ ਕਿਉਂਕਿ ਇੱਥੇ ਸੀ ਉਹ ਮੂਵਮੈਂਟ ਸ਼ੁਰੂ ਹੋਈ ਤੇ ਆਪਣੇ ਲੋਕਾਂ ਦਾ ਸ਼ੋਸ਼ਣ ਵੀ ਕਾਫੀ ਹੋ ਰਿਹਾ ਸੀ ਮਤਲਬ ਆਪਣੇ ਲੋਕਾਂ ਵੱਲੋਂ ਬਹੁਤੀ ਵਾਰੀ ਤੇ ਉਹਦੇ ਖਿਲਾਫ ਜਿਹੜੀ ਫਿਰ 1970 ਦੇ ਵਿੱਚ ਜਿਹੜੀ ਫਾਰਮ ਵਰਕਰਾਂ ਦੀ ਪਹਿਲਾਂ ਆਰਗੇਨਾਈਜ਼ਿੰਗ ਕਮੇਟੀ ਸੀ ਤੇ ਫਿਰ 80 ਦੇ ਵਿੱਚ ਉਹ ਯੂਨੀਅਨ ਬਣੀ ਉਹਦੇ ਵਿੱਚ ਵੀ ਮਤਲਬ ਜਿਹੜੇ ਕਾਫੀ ਆਪਣੇ ਲੋਕਾਂ ਨੇ ਕੰਮ ਕੀਤਾ ਕਿਉਂਕਿ ਉਹ ਉਹ ਮੁੱਖ ਤੌਰ ਤੇ ਆਪਣੇ ਲੋਕਾਂ ਦੇ ਵਿੱਚ ਹੀ ਉਹ ਜਿਹੜੀ ਸਟਰਗਲ ਸ਼ੁਰੂ ਹੋਈ ਪਰ ਉਹ ਕੈਨੇਡਾ ਦੀ ਸਟਰਗਲ ਸੀਗੀ ਉਹਦੇ ਨਾਲ ਜਿਹੜੇ ਲਿੰਕ ਸਟੈਬਲਿਸ਼ ਹੋਏ ਨਾ ਇੱਕ ਵੱਖਰੇ ਪੱਧਰ ਦੇ ਉੱਤੇ ਮਤਲਬ ਵਾਈਡਰ ਭਾਈਚਾਰੇ ਨਾਲ ਉਹ ਆਪਣੇ ਆਪ ਦੇ ਵਿੱਚ ਬਹੁਤ ਮਹੱਤਵ ਰੱਖਦੇ ਹੈਗੇ ਆ ਭਾਵੇਂ ਉਹਨਾਂ ਵੱਲ ਉਸ ਕਿਸਮ ਦਾ ਧਿਆਨ ਨਹੀਂ ਦਿੱਤਾ ਗਿਆ ਹਜੇ ਜਿਹੜੀ ਜਿਹੜੀ ਮਤਲਬ ਜਿਹੜੀ ਉਹ ਸਟਰਗਲ ਸੀਗੀ ਓਵਰ ਆਲ ਨਹੀਂ ਦਿਖਾਇਆ ਗਿਆ ਇੱਕ ਛੋਟੇ ਲੈਵਲ ਤੇ ਜਿਵੇਂ ਫਰਚ ਕੋਲ ਮੈਂ ਆਪਣਾ ਜਿਹੜਾ ਐਮਏ ਦਾ ਥੀਸਿਸ ਲਿਖਿਆ ਤਾਂ ਉਹ ਫਾਰਮਰ ਕੰਵਰ ਲੈ ਸਕਾ ਮੇਰਾ ਥੀਸਿਸ ਜਿਹੜਾ ਆ ਉਹ ਤੇ ਉਹਦੇ ਨਾਲ ਜਿਹੜੇ ਅਸੀਂ ਮੈਂ ਤੇ ਸੁਖਵੰਤ ਨੇ ਕੁਝ ਨਾਟਕ ਲਿਖੇ ਅਸੀਂ ਜਿਹੜੀ ਫਾਰਮਰ ਸਟਰਗਲ ਵਾਰੇ ਮੇਰੀਆਂ ਕੁਝ ਕਹਾਣੀਆਂ ਵੀ ਆ ਤੇ ਇੱਕ ਬਤਾਵਾਂ ਵੀ ਆ ਹੋਰ ਲੋਕਾਂ ਦੀਆਂ ਵੀ ਮੈਂ ਇਹ ਨਹੀਂ ਕਹਿੰਦਾ ਵੀ ਸਿਰਫ ਮੈਂ ਹੀ ਸੀ ਸੋ ਜਿਹੜੀ ਉਹ ਸਮੇਂ ਦੀ ਜਿਹੜੀ ਇਹ ਖਾਸ ਸਟਰਗਲ ਸੀ ਜਿਹੜੀ ਫਾਰਮਰ ਕੰਦੀ ਤੇ ਜਿਨੇ ਮਤਲਬ ਸਾਨੂੰ ਵਾਈਡ ਜਿਹੜਾ ਵੱਡਾ ਭਾਈਚਾਰਾ ਉਹਦੇ ਵਿੱਚ ਇੱਕ ਵੱਖਰੇ ਤਰੀਕੇ ਦੇ ਨਾਲ ਸਾਡੀ ਜਾਣ ਪਛਾਣ ਕਰਾਈ ਤੇ ਇਹ ਲੋਕ ਵੀ ਆਪਣੇ ਹੱਕਾਂ ਲਈ ਜਿਹੜੀ ਇਸ ਤਰੀਕੇ ਨਾਲ ਖੜਦੇ ਆ ਭਾਵੇਂ ਅਸੀਂ ਪਹਿਲਾਂ ਵੀ ਮਤੋਸ ਕਿਸਮ ਦੀਆਂ ਲੜਾਈਆਂ ਸ਼ੁਰੂ ਤੋਂ ਕਰਦੇ ਆਏ ਆ ਮਤਲਬ ਜਿਹੜੀ ਇਹ ਤਾਂ ਨਹੀਂ ਹੈ ਸਾਡੀ ਮਤਲਬ 40 ਸਾਲ ਸਾਨੂੰ ਵੋਟ ਦਾ ਹੱਕ ਲੈਣ ਲਈ ਲੱਗੇ ਸੋ ਸਾਡੇ ਭਾਈਚਾਰੇ ਨੇ ਐਕਚੁਅਲੀ ਬਹੁਤ ਛੋਟਾ ਹੋਣ ਦੇ ਬਾਵਜੂਦ ਵੀ ਇਹ ਰੈਕર્ડ ਹੈਗਾ ਕਿ ਸਾਡੇ ਭਾਈਚਾਰੇ ਨੇ ਕੈਨੇਡੀਅਨ ਇਮੀਗ੍ਰੇਸ਼ਨ ਕਾਨੂੰਨਾਂ ਵਿੱਚ ਜ਼ਿਆਦਾ ਤਬਦੀਲੀਆਂ ਕਰਵਾਈਆਂ ਇਹ ਇਹ ਸੱਚੀ ਕੈਨੇਡਾ ਦੇ ਵਿੱਚ ਮਤਲਬ ਸਾਡੇ ਭਾਈਚਾਰੇ ਦਾ ਰੈਕਡ ਆ ਛੋਟਾ ਜਾ ਹੋਣ ਦੇ ਬਾਵਜੂਦ ਵੀ ਨੰਬਰ ਬਹੁਤ ਥੋੜੇ ਸੀ ਪਰ ਲਗਾਤਾਰ ਕੋਸ਼ਿਸ਼ ਕਰਦੇ ਰਹੇ ਇਥੋਂ ਦੇ ਜਿਹੜੇ ਜਿਹੜੇ ਨਸਲਵਾਦੀ ਕਾਨੂੰਨ ਸੀ ਉਹਨਾਂ ਨੂੰ ਬਦਲਾਉਣ ਦੀ ਕਮਾਗਟਾ ਮਾਰੂ ਤੋਂ ਲੈ ਕੇ ਉਤੋਂ ਪਹਿਲਾਂ ਵੀ ਬਾਅਦ ਦੇ ਵਿੱਚ ਸੋ ਇਹ ਜਿਹੜੀ ਇਸੇ ਤਰ੍ਹਾਂ ਇਸ ਸਟਰਗਲ ਦਾ ਹਿੱਸਾ ਜਿਹੜੀ ਫਾਰਮ ਵਰਕਰਾਂ ਦੀ ਸਟਰਗਲ ਸੀ ਅਰਲੀ ਲੇਟ 70 ਤੇ ਅਰਲੀ 80 ਦੇ ਵਿੱਚ ਉਹਨੇ ਵੀ ਸਾਡਾ ਮਤਲਬ ਜਿਹੜਾ ਉਹ ਇੱਕ ਇਮੇਜ ਕ੍ਰੀਏਟ ਕੀਤਾ ਬਾਹਰਲੇ ਲੋਕਾਂ ਦੇ ਵਿੱਚ ਵੀ ਲੋਕ ਵੀ ਆਪਣੇ ਹੱਕਾਂ ਦੇ ਖੜਨ ਵਾਲੇ ਹੈਗੇ ਖੜਨ ਵਾਲੇ ਹੈਗੇ ਇੱਕ ਤੁਹਾਡੀ ਤਾਬਤਾ ਛੋਟੀ ਜੀ ਆ ਪਰ ਉਹ ਬਹੁਤ ਵੱਡਾ ਦਸਤਾਵੇਜ਼ ਆ ਜਿਹੜੀ ਤੁਸੀਂ ਤੇ ਸੁਖਵੰਤ ਹੰਦਲ ਦੀ ਗੱਲ ਕੀਤੀ ਆ ਨਾ ਜਿਹੜੀ ਬੋਟ ਦਾਦਕਾਰ ਵਾਲੀ ਹਾਂਜੀ ਹਾਂਜੀ ਬਿਲਕੁਲ ਉਹ ਉਹ ਤੁਸੀਂ ਜਿਹੜਾ ਉਹ ਡਾਕੂਮੈਂਟ ਕੀਤਾ ਹੈਗਾ ਮੇਰਾ ਖਿਆਲ ਆ ਵੀ ਅੱਜ ਤੋਂ ਆਉਣ ਵਾਲੇ ਸਮੇਂ 'ਚ ਕਿਸੇ ਵੇਲੇ ਵੀ ਜਦੋਂ ਬੰਦਾ ਉਹਨੂੰ ਪੜ੍ਹੂਗਾ ਉਹ ਉਹਨੂੰ ਪਤਾ ਲੱਗਦਾ ਵੀ ਕਿਸਟ ਔਰ ਤੁਸੀਂ ਤੁਹਾਡੇ ਇਹ ਫੁਰਨਾ ਕਿਵੇਂ ਫੁਰਿਆ ਵੀ ਇਹ ਪੂਰਾ ਡਾਕੂਮੈਂਟ ਕੀਤਾ ਜਾਵੇ ਉਹ ਮਤਲਬ ਜਦੋਂ ਅਸੀਂ ਜਿਹੜੀਆਂ ਇੱਕ ਤਾਂ ਅਸੀਂ ਉਹ ਕੀਤੀ ਸੀ ਕਿਤਾਬ ਉਦੋਂ ਸੰਘਰਸ਼ ਦੇ ਸੋਵਰੇ ਹਾਂ ਕਿਉਂਕਿ ਆਪਣਾ ਇੱਕ ਡੇਟ ਜਿਹੜੀ ਮੰਨੀ ਜਾਂਦੀ ਆ ਉਹ 1897 ਪਏ ਆਪਣੇ ਲੋਕ ਇੱਥੇ ਆਏ 1897 ਵਿੱਚ ਭਾਵੇਂ ਜਿਹੜੀ ਡਾਕੂਮੈਂਟਡ ਹੈ 1903 ਤੋਂ ਹਾਂ ਪਰ ਉਹ 1897 ਜਿਹੜਾ ਉਹ ਇੰਪੋਰਟੈਂਟ ਹੈਗੀ ਆ ਭੀ ਉਦੋਂ ਸਾਡੇ ਕੁਝ ਲੋਕ ਕੇ ਕুইਨ ਜਿਹੜੀ ਵਿਕਟੋਰੀਆ ਸੀ ਉਹਦੀ ਜੁਬਲੀ ਤੇ ਆਏ ਇੱਧਰ ਤੇ ਇੱਥੇ ਆਏ ਉਹਨਾਂ ਨੂੰ ਚੰਗਾ ਲੱਗਾ ਇਧਰ ਰਹਿ ਗਿਆ ਕੁਛ ਉਹਨਾਂ ਚੋਂ ਅਸੀਂ 1997 ਦੇ ਵਿੱਚ ਉਹ ਜਿਹੜਾ ਜਿਹੜੀ ਉਹ ਸਵਾ ਮਾਰਾ ਸੀ ਉਹਨੂੰ ਅਸੀਂ ਮਨਾਉਣਾ ਚਾਹੁੰਦੇ ਸੀ ਤੇ ਉਹਦੇ ਸਬੰਧ ਦੇ ਵਿੱਚ ਅਸੀਂ ਜਿਹੜੀ ਖੋਜ ਕਰਦੇ ਨੇ ਜਿਹੜੀ ਇਹ ਸੀਗੀ ਡੇਟ ਸਾਨੂੰ ਮਤਲਬ ਕਿਉਂਕਿ ਦਰਸ਼ਨ ਸਿੰਘ ਕੈਨੇਡੀਅਨ ਬਾਰੇ ਮੈਨੂੰ ਜਤੀ ਤੌਰ ਤੇ ਵੀ ਵਾਕਫ ਵੀ ਸੀਗੀ ਇਧਰ ਨੂੰ ਆਉਣ ਤੋਂ ਪਹਿਲਾਂ ਵੀ ਤੇ ਉਹਨਾਂ ਬਾਰੇ ਜਿਹੜੀ ਮਤਲਬ ਉਹ ਆ ਕੇ ਵੀ ਇੱਥੇ ਜਿਹੜਾ ਕੱਢ ਕੇ ਗਏ ਸੀ ਉਹਨਾਂ ਤੋਂ ਵੀ ਮਤਲਬ ਇਹ ਬਾਰੇ ਸੁਣਿਆ ਸੋ ਅਸੀਂ ਜਿਹੜੀ ਜਿਹੜੇ ਇਸ ਕਿਸਮ ਦੇ ਕਨੈਕਸ਼ਨ ਸੀਗੇ ਪੀ ਸਾਨੂੰ ਮਤਲਬ ਇੱਥੇ ਸਾਡਾ ਇਤਿਹਾਸ ਕੀ ਸੀਗਾ ਕਿਉਂਕਿ ਜਿਹੜਾ ਵੋਟ ਦਾ ਹੱਕ ਹੈ ਨਾ ਉਹ ਪਹਿਲਾਂ ਜਦੋਂ ਅਸੀਂ ਆਏ ਤਾਂ ਤੁਹਾਨੂੰ ਸੀਗਾ ਅਸੀਂ ਬ੍ਰਿਟਿਸ਼ ਕਲੋਨੀ ਸੀ ਤੇ ਫੇਰ ਉਹ ਸਾਡੇ ਕੋਲੋਂ ਖੋਹ ਲਿਆ ਨੂੰ 1907 ਦੇ ਵਿੱਚ ਤੇ 47 ਚ ਜਾ ਕੇ ਮਿਲਿਆ ਉਹ 40 ਸਾਲ ਲੰਮੀ ਸਟਰਗਲ ਹੋਈ ਸੋ ਆਪਣੇ ਆਪ ਦੇ ਬੜੀ ਇੰਪੋਰਟੈਂਸੀ ਤੋਂ ਮੈਂ ਤਾਂ ਸੁਖਵੰਤ ਨੇ ਖੋਜ ਕਰਕੇ ਉਹ ਉਹ ਕੀਤੀ ਹੈ ਉਹ ਮੇਰਾ ਖਲਾ ਉਹ ਉਹਦੇ ਤੁਹਾਨੂੰ ਬਹੁਤ ਸ਼ਾਬਾਸ਼ ਹੈ ਤੇ ਮੇਰਾ ਖਲਾ ਧੰਨਵਾਦ ਜਾਂਦਾ ਹੈਗਾ ਕਮਿਊਨਿਟੀ ਵੱਲੋਂ ਤੁਸੀਂ ਉਹਨੂੰ ਡਾਕੂਮੈਂਟ ਕੀਤਾ ਸਾਊਜੀ ਅਸੀਂ ਹੁਣੇ ਹੀ ਵਾਪਸ ਆਉਨੇ ਆ ਇੱਕ ਛੋਟੀ ਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਕਲਾ ਨਯੰਗ ਸੰਗਮ ਵਿੱਚ ਤੁਹਾਨੂੰ ਜੀ ਆਇਆਂ ਨੂੰ ਅੱਜ ਅਸੀਂ ਸਾਧੂ ਬਿੰਦਿੰਗ ਜੀ ਹੋਰਾਂ ਨਾਲ ਗੱਲਬਾਤ ਕਰ ਰਹੇ ਹਾਂ ਜਿਨ੍ਹਾਂ ਨੇ ਜਿੱਥੇ ਕਿਤੇ ਉਹਨਾਂ ਨੂੰ ਕਿਤੇ ਵੀ ਕੁਝ ਸਮਾਜ ਦੇ ਵਿੱਚ ਕ੍ਰੀਤੀ ਦੇਖੀ ਤਾਂ ਉਹਨਾਂ ਨੇ ਆਪਣੀ ਲਿਖਤ ਦਾ ਹਿੱਸਾ ਬਣਾਉਣ ਦੇ ਨਾਲ-ਨਾਲ ਫਿਜ਼ੀਕਲ ਤੌਰ ਤੇ ਵੀ ਹਰ ਸਟਰਗਲ ਦੇ ਵਿੱਚ ਹਿੱਸਾ ਪਾਇਆ ਹੈਗਾ ਅ ਸਰ ਜੀ ਆਪਾਂ ਗੱਲਬਾਤ ਕਰ ਰਹੇ ਸੀ ਕਿਸ ਤਰ੍ਹਾਂ ਸਾਡਾ ਜਿਹੜਾ ਭਾਈਚਾਰਾ ਇੱਥੇ ਆਇਆ ਤੇ ਗਰੋ ਹੋਇਆ ਉਹਦੇ ਨਾਲ ਨਾਲ ਕਿਸੇ ਵੀ ਭਾਈਚਾਰੇ ਦੀ ਜਿਹੜੀ ਧਰ ਹੁੰਦੀ ਆ ਉਹ ਉਹਦੀ ਭਾਸ਼ਾ ਹੁੰਦੀ ਆ ਬਿਲਕੁਲ ਹਾਂਜੀ ਅਸੀਂ ਬੜੇ ਮਾਣ ਨਾਲ ਕਹਿੰਦੇ ਆ ਵੀ ਸਾਡੀ ਮਾਂ ਬੋਲੀ ਪੰਜਾਬੀ ਆ ਹੂੰ ਹੂੰ ਅ ਹੁਣ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਹਾਂਜੀ ਮਰਦੋਂ ਸਮਾਰੀ ਹੋ ਰਹੀ ਆ ਸੈਂਸਸ ਜਿਹਨੂੰ ਇੰਗਲਿਸ਼ ਦੇ ਵਿੱਚ ਆਪਾਂ ਕਹਿੰਦੇ ਆ ਹਾਂਜੀ ਉਹ ਹੋਣ ਜਾ ਰਹੀ ਆ ਹਾਂਜੀ ਤੇ ਤੁਸੀਂ ਪਹਿਲਾਂ ਤਾਂ ਪੰਜਾਬੀ ਦੇ ਲਈ ਪੁਲੀਸ ਦੇ ਵਿੱਚ ਵੀ ਖੁਦ ਆਪ ਵੀ ਕੰਮ ਕੀਤਾ ਫਿਰ ਤੁਸੀਂ ਪਲੀ ਨੂੰ ਬਣਾਇਆ ਤੇ ਉਹ ਪਲੀ ਦਾ ਇੰਨਾ ਵੱਡਾ ਕੰਮ ਆ ਕਿ ਤੁਸੀਂ ਸਕੂਲਾਂ ਕਾਲਜਾਂ ਜੁਨੀਵਰਸਿਟੀਆਂ ਦੇ ਵਿੱਚ ਪੰਜਾਬੀ ਦੀ ਪੜ੍ਹਾਈ ਲਾਗੂ ਕਰਵਾਈ ਤੇ ਇਹਦੇ ਬਾਰੇ ਪਹਿਲਾਂ ਥੋੜਾ ਜਿਹਾ ਇਤਿਹਾਸ ਦੱਸੋ ਪਲੀ ਦਾ ਵੀ ਤੁਸੀਂ ਕੀ ਕੰਮ ਕੀਤੇ ਉਹਨੇ ਹਾਂਜੀ ਉਹ ਪਲੀ ਅਸੀਂ ਤਕਰੀਬਨ 1995 96 ਦੇ ਵਿੱਚ ਬਣਾਈ ਸੀ ਜਿਹੜੀ ਜਥੇਬੰਦੀ ਉਹ ਤੋਂ ਪਹਿਲਾਂ ਜਦੋਂ ਇੱਥੇ ਗੱਲਤਰੀ ਪਈ ਬੀਸੀ ਦੀ ਜਿਹੜੀ ਭਾਸ਼ਾ ਨੀਤੀ ਇਹਨਾਂ ਨੇ ਬਦਲਣੀ ਹੈਗੀ ਆ ਉਦੋਂ ਅਸੀਂ ਕੁਝ ਤਿੰਨ ਚਾਰ ਜਿਹੜੇ ਅਧਿਆਪਕ ਸੀਗੇ 인ਦਰ ਮੇਡ ਜਿਹੜੇ ਨਾਲ ਅਮਰਤਮਾਨ ਤੇ ਅਸੀਂ ਮੈਨੂੰ ਚੋਹ ਜਣੇ ਨਾਲ ਰਲ ਕੇ ਇੱਕ ਜਥੇਬੰਦੀ ਬਣਾਈ ਲੌਬੀ ਕਰਨੇ ਨੂੰ ਪਈ ਪੰਜਾਬੀ ਵੀ ਇੱਥੇ ਜਿਹੜੀ ਉਹ ਇਥੋਂ ਦੀ ਪੜਾਈ ਜਾਣੀ ਚਾਹੀਦੀ ਆ ਉਹ ਮੌਸਾ ਹੁੰਦਾ ਹੋਣਾ ਦੀ ਮਤਲਬ ਉਦੋਂ ਬਹੁਤ ਉਹਨਾਂ ਦੀ ਕੰਟਰੀਬਿਊਸ਼ਨ ਹੈਗੀ ਆ ਕਿ ਉਹਨਾਂ ਨੇ ਉਹ ਕੰਮ ਕਰ ਦਿੱਤਾ ਤੇ ਉਸ ਤੋਂ ਬਾਅਦ ਫਿਰ ਸਕੂਲਾਂ ਚ ਲਾਗੂ ਕਰਾਉਣ ਦਾ ਜਿਹੜਾ ਮਸਲਾ ਸੀਗਾ ਉਹਨਾਂ ਨੇ ਉਹਨਾਂ ਤਾਂ ਕਰ ਦਿੱਤਾ ਪਰ ਉਹ ਜਿਹੜੀ ਪਾਲਿਸੀ ਬਣਾਈ ਉਹਦੇ ਵਿੱਚ ਕੁਝ ਸਮੱਸਿਆਵਾਂ ਜਿਹੜੀਆਂ ਅਜੇ ਵੀ ਆ ਉਹਨਾਂ ਦੇ ਕਰਕੇ ਲੱਗਾ ਇਹ ਕਮਿਊਨਿਟੀ ਨੂੰ ਵੀ ਪੰਜਾਬੀ ਹੁਣ ਲੱਗ ਗਈ ਆ ਹੈਨਾ ਕਿਉਂਕਿ ਉਹ ਮਤਲਬ ਆ ਗਈ ਖਬਰਾਂ ਦੇ ਵਿੱਚ ਵੀ ਉਹਨਾਂ ਨੇ ਸ਼ਾਮਲ ਕਰ ਦਿੱਤੀ ਆ ਪਰ ਇੱਕ ਗੱਲ ਇਹ ਨਹੀਂ ਸੀ ਉਹਨਾਂ ਨੇ ਇਹ ਕਿਹਾ ਵੀ ਆ ਗਰਾਊਂਡ ਆ ਇੱਥੇ ਤੁਸੀਂ ਵੀ ਖੇਡ ਲਓ ਬਿਲਕੁਲ ਹੈਨਾ ਨਾ ਸਾਡੇ ਕੋਲ ਟੀਮ ਨਾ ਕੋਈ ਮਤਲਬ ਬੂਟ ਨਾ ਕੋਈ ਬਾਲ ਕੁਛ ਨਾ ਸਾਨੂੰ ਖੇਡਣ ਦਾ ਪਤਾ ਉਹ ਸਭ ਕੁਝ ਕਰਨ ਵਾਲਾ ਪਿਆ ਸੀਗਾ ਸੋ ਪਲੀ ਜਿਹੜੀ ਆ ਉਹਨਾਂ ਦੀ ਇਹ ਕੁਛ ਕਰਨ ਦੀ ਕੋਸ਼ਿਸ਼ ਕਰ ਰਹੀ ਆ ਸਿਰਫ ਆਪਣੇ ਆਪ ਨੂੰ ਟੀਮ ਤਿਆਰ ਕਰਨ ਦੀ ਕਿ ਸਾਡੀ ਵੀ ਬੋਲੀ ਜਿਹੜੀ ਆ ਉੱਥੇ ਉਸ ਗਰਾਊਂਡ ਦੇ ਵਿੱਚ ਬਾਕੀਆਂ ਦਾ ਹਿੱਸਾ ਬਣੇ ਅਸੀਂ ਕੁਝ ਹੱਦ ਤੱਕ ਕਾਮਯਾਬ ਹੋਏ ਆ ਪਰ ਉਹ ਨਹੀਂ ਕਿਉਂਕਿ ਇਹ ਸਟਰਗਲ ਵੱਡੀ ਆ ਜਿਹੜੀ ਜਿਹੜੀ ਬੋਲੀ ਆ ਉਹ ਭਾਵੇਂ ਆਪਾਂ ਪੰਜਾਬੀ ਜਿਹੜੇ ਆ ਉਸ ਤਰੀਕੇ ਨਾਲ ਇਹਨੂੰ ਮਹਿਸੂਸ ਨਹੀਂ ਕਰਦੇ ਇਹ ਬਹੁਤ ਵੱਡੀ ਤਾਕਤ ਦੀ ਗੱਲ ਹੁੰਦੀ ਹੈ ਹੈਨਾ ਅੰਗਰੇਜ਼ੀ ਐਵੇਂ ਨਹੀਂ ਸਾਰੀ ਦੁਨੀਆ 'ਚ ਫੈਲਿਊ ਭਾਵੇਂ ਜਿਹੜਾ ਬ੍ਰਿਟਿਸ਼ ਐਮਪਾਇਰ ਹੈ ਉਹ ਖਤਮ ਹੋ ਚੁੱਕਾ ਇੰਗਲਿਸ਼ ਐਮਪਾਇਰ ਹਜੇ ਵੀ ਤਾਂ ਹੱਥ ਚੜ੍ਹ ਰਿਹਾ ਹੈ ਜਦੋਂ ਫਰਕ ਲਾ ਇੱਕ ਉਦਾਹਰਣ ਦੇ ਤੌਰ ਤੇ ਆਪਣੇ ਪੰਜਾਬ ਦੇ ਵਿੱਚ ਉਹਨਾਂ ਨੇ ਆਈਐਮਐਫ ਤੋਂ ਜਿਹੜਾ ਫੰਡ ਲੈਣਾ ਸੀਗਾ ਤੇ ਉਹਨਾਂ ਦੀ ਪਹਿਲੀ ਕੰਡੀਸ਼ਨ ਇਹ ਸੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਪਹਿਲੀ ਤੋਂ ਅੰਗਰੇਜ਼ੀ ਪੜ੍ਹਾਓ ਕਿਉਂ ਕਿਉਂਕਿ ਉਹਦੇ ਨਾਲ ਉਹ ਮਤਲਬ ਸਾਰੀ ਦੀ ਸਾਰੀ ਪਾਵਰ ਜੁੜੀ ਹੋ ਉਸ ਕਾਲ ਦੇ ਨਾਲ ਸੋ ਅਸੀਂ ਕੈਨੇਡਾ ਦੇ ਵਿੱਚ ਮਤਲਬ ਜਿਹੜੀ ਜਿਹੜੇ ਇੱਕ ਹਜੇ ਕੰਮ ਕਰਨ ਵਾਲਾ ਰਹਿੰਦਾ ਆ ਭਾਸ਼ਾ ਦੇ ਸਬੰਧ ਵਿੱਚ ਉਹ ਆ ਕਿ ਸਾਡੀ ਬੋਲੀ ਨੂੰ ਇੱਥੇ ਮਾਨਤਾ ਮਿਲਣੀ ਚਾਹੀਦੀ ਆ ਹੈਨਾ ਜਿਹੜੀ ਹੈ ਨਹੀਂ ਉਹ ਮਤਲਬ ਕੈਨੇਡਾ ਦੀ ਪੱਤਰ ਦੇ ਉੱਤੇ ਭਾਵੇਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਜਦੋਂ ਉਹਨਾਂ ਨੂੰ ਲੋੜ ਹੁੰਦੀ ਆ ਸਰਕਾਰ ਨੂੰ ਤੇ ਉਹ ਅਨਵਾਦ ਕਰਾ ਕੇ ਦੂਜੀਆਂ ਬੋਲੀਆਂ ਦੇ ਵਿੱਚ ਲੋਕਾਂ ਦੇ ਨਾਲ ਕਮਿਊਨੀਕੇਟ ਕਰਦੇ ਆ ਪਰ ਅੰਗਰੇਜ਼ੀ ਤੇ ਫ੍ਰਾਂਸੀਸੀ ਤੋਂ ਬਿਨਾ ਕੋਈ ਵੀ ਹੋਰ ਬੋਲੀ ਕੈਨੇਡਾ ਦੀ ਨਹੀਂ ਹੈ ਅਸੀਂ ਵਿਦੇਸ਼ੀ ਆ ਮੈਂ ਲੇਖਕ ਦੇ ਤੌਰ ਤੇ ਕੈਨੇਡੀਅਨ ਲੇਖਕ ਨਹੀਂ ਹੈ ਜਿੰਨਾ ਚਿਰ ਮੇਰੀ ਕੋਈ ਚੀਜ਼ ਅੰਗਰੇਜ਼ੀ ਜਾਂ ਫ੍ਰਾਂਸੀਸੀ ਨਹੀਂ ਛਪਦੀ ਆਪਾਂ ਸਾਰੇ ਲੇਖਕ ਆ ਆਪਾਂ ਵਿਦੇਸ਼ੀ ਲੇਖਕ ਆ ਕੈਨੇਡਾ ਦੇ ਵਿੱਚ ਉਧਰ ਆਪਾਂ ਨੂੰ ਪ੍ਰਵਾਸੀ ਕਹਿੰਦੇ ਇੱਥੇ ਵਿਦੇਸ਼ੀ ਆ ਪਰ ਲਟਕਦੇ ਆ ਤਰਸ਼ਿਆਂ ਕੋ ਹੈਨਾ ਸੋ ਸਾਡੇ ਲਈ ਜਦੋਂ ਅਸੀਂ ਅਸੀਂ ਪਾਸ਼ਾ ਦੀ ਗੱਲ ਕਰਦੇ ਆ ਕੈਨੇਡਾ ਦੇ ਵਿੱਚ ਤੇ ਇਹਦੇ ਬਹੁਤ ਪਹਿਲੂ ਆ ਬਹੁਤ ਮਹੱਤਵਪੂਰਨ ਪਹਿਲੂ ਜਿਹੜਾ ਉਹ ਇਹ ਆ ਕਿ BC ਦੇ ਵਿੱਚ ਅਲਬਰਟਾ ਦੇ ਵਿੱਚ ਤਾਂ ਇਹਨੂੰ ਪੜਾਈ ਜਾਣ ਦੇ ਮਤਲਬ ਉਹ ਹੱਕ ਹੈ ਭਾਵੇਂ ਉਹਦੇ ਵਿੱਚ ਸਮੱਸਿਆਵਾਂ ਜਿਹੜੀਆਂ ਉਹ ਉਹਦੇ ਬਾਰੇ ਕੰਮ ਹੋ ਰਿਹਾ ਪਰ ਜਿਹੜੀ ਨੈਸ਼ਨਲ ਪੱਧਰ ਦੇ ਉੱਤੇ ਜਿਹੜੀ ਇਸ ਵੇਲੇ ਮਰਦਮਸ਼ਮਾਰੀ ਦੀ ਜਿਹੜੀ ਗੱਲ ਹੈਗੀ ਆ 11 ਮਈ ਨੂੰ ਮਰਦਮਸ਼ਮਾਰੀ ਹੋਣੀ ਆ ਹੁਣ ਤੇ ਉਹਦੇ ਲਈ ਜਿਹੜੀ ਉਹ ਗੱਲਬਾਤ ਇਹ ਬਹੁਤ ਜ਼ਰੂਰੀ ਹੈਗੀ ਕਰਨ ਵਾਲੀ ਕਿ ਜਿਹੜੇ ਸਾਡੇ ਨੰਬਰ ਆ ਕਿਉਂਕਿ ਪਿਛਲੀ ਜਿਹੜੀ 2016 ਦੇ ਵਿੱਚ ਹੋਈ ਸੀ ਮਰਦਮਸ਼ਮਾਰੀ ਉਹਦੇ ਵਿੱਚ ਸਾਡਾ ਨੰਬਰ ਕੋਈ 5 ਲੱਖ ਤੋਂ 68 ਹਜ਼ਾਰ ਸਿਕਾ ਹਾਂਜੀ ਪਰ ਅਸਲੀਅਤ ਦੇ ਵਿੱਚ ਪੰਜਾਬੀ ਇਹਦੋਂ ਕਿਤੇ ਜ਼ਿਆਦਾ ਸ਼ਾਇਦ ਦੁੱਗਣੇ ਹੋਣ ਹੁਣ ਉਦੋਂ ਬਾਅਦ ਵੀ ਪਿਛਲੇ 4-5 ਸਾਲਾਂ ਵਿੱਚ ਬਹੁਤ ਲੋਕ ਆਏ ਹੈਗੇ ਆ ਤੇ ਜੇ ਅਸੀਂ ਤਿੰਨੇ ਹੀ ਭਾਈਚਾਰੇ ਆ ਜਿਹੜੇ ਅ ਮੁਸਲਮਾਨ ਮੁਸਲਮ ਭਾਈਚਾਰਾ Hindu ਭਾਈਚਾਰਾ ਤੇ Sikh ਭਾਈਚਾਰਾ ਤਿੰਨੇ ਮਿਲਾ ਕੇ ਪੰਜਾਬੀ ਵਿਸ਼ੋਕੜ ਦੇ ਲਿਖਣ ਦੇਖੀਏ ਤਾਂ ਹੋ ਸਕਦਾ ਮਤਲਬ 12-13 ਲੱਖ ਤਾਂ ਇਜ਼ੀਲੀ ਹੋਊਗਾ ਕੈਨੇਡਾ ਦੇ ਵਿੱਚ ਤੇ ਸਾਡੇ ਲਈ ਬਹੁਤ ਜ਼ਰੂਰੀ ਆ ਕਿ ਅਸੀਂ ਆਪਣੀਆਂ ਥੋੜੀਆਂ ਜੀਆਂ ਕੁਝ ਗੱਲਾਂ ਜਿਹੜੀਆਂ ਉਹ ਪਿੱਛੇ ਰੱਖ ਕੇ ਇਲਾਕਾ ਜਾਂ ਧਰਮ ਜਾਂ ਜਿਹੜੇ ਆਪਣੇ ਬਖਰੇ ਹੋਰ ਬਖਰੇਵੇਂ ਆ ਉਹਨਾਂ ਨੂੰ ਰੱਖ ਕੇ ਬੋਲੀ ਵਾਰੇ ਜੇ ਆਪਾਂ ਕੈਨੇਡਾ ਦੇ ਵਿੱਚ ਨਹੀਂ ਦੇ ਸੋਚੀਏ ਕਿਉਂਕਿ ਕੈਨੇਡਾ ਇੱਕ ਮੁਕਾਬਲਤਨ ਬਹੁਤ ਵਧੀਆ ਮਲਕ ਹੈ ਇਹਦੇ ਚ ਕੋਈ ਸ਼ੱਕ ਨਹੀਂ ਹੈ ਜਿਹੜਾ ਬਹੁਤ ਸਭਿਆਚਾਰਿਕ ਇਹਨਾਂ ਨੇ ਪਾਲਿਸੀ ਲਿਆਂਦੀ ਆ ਉਹ ਬਹੁਤ ਵਧੀਆ ਹੈਗੀ ਆ ਔਰ ਸਾਡੇ ਸਾਰਿਆਂ ਦੇ ਲਈ ਉਹ ਬੜੀ ਫਾਇਦੇਮੰਦ ਹੈ ਅਸੀਂ ਜੇ ਇੱਥੇ ਇੰਨੇ ਕਾਮਯਾਬ ਬੈਠੇ ਹੈਗੇ ਆ ਚਾਹੇ ਉਹ ਸਾਡੇ ਮਤਲਬ ਕਾਮਕਾਰ ਆ ਚਾਹੇ ਸਾਡੇ ਉਹ ਧਾਰਮਿਕਦਾਰੇ ਆ ਚਾਹੇ ਸਾਡੇ ਉਹ ਮੀਡੀਆ ਆ ਮਤਲਬ ਕੁਝ ਵੀ ਚੀਜ਼ ਆ ਉਹ ਮਲਟੀਕਲਚਰਿਜ਼ਮ ਦੇ ਕਰਕੇ ਜਿਹੜੀ ਜਿਹੜੀ ਸਾਡੀ ਸਕਸੈਸ ਹੈਗੀ ਇਹਦੇ ਚ ਕੋਈ ਸ਼ੱਕ ਨਹੀਂ ਹੈ ਪਰ ਜਿਹੜਾ ਕੈਨੇਡਾ ਦਾ ਬਹੁਤ ਸਭਿਆਚਾਰਵਾਦ ਇਹਨਾਂ ਨੇ ਲਿਆਂਦਾ ਉਹਦੇ ਵਿੱਚ ਇੱਕ ਚੀਜ਼ ਜਿਹੜੀ ਅ essential ਮਿਸਿੰਗ ਹੈਗੀ ਆ ਨਾ ਉਹ ਹੈਗੀ ਆ ਭਾਸ਼ਾ ਉਹਦੇ ਵਿੱਚ ਭਾਸ਼ਾ ਇਨਕਲੂਡਡ ਨਹੀਂ ਹੈ ਤੇ ਸਾਡੀ ਇਹ ਇੱਕ ਮੈਂ ਸਮਝਦਾ ਕਿ ਸਾਡੀ ਇਸ ਵੇਲੇ ਪੰਜਾਬੀਆਂ ਦੀ ਮੈਂ ਪੰਜਾਬੀਆਂ ਨੂੰ ਮਖਾਤਬ ਹੋ ਰਿਹਾ ਸਾਡੀ ਇਹ ਹਿਸਟੋਰੀਕਲ ਡਿਊਟੀ ਆ ਇਤਿਹਾਸਿਕ ਫਰਜ਼ ਆ ਸਾਡਾ ਇਸ ਮੌਕੇ ਦੇ ਉੱਤੇ ਕਿ ਅਸੀਂ ਆਪਣੇ ਨੰਬਰ ਵਧਾ ਕੇ ਇੱਥੇ ਤੇ ਅਸੀਂ ਇਹ ਫਰਜ਼ ਨਿਭਾਈਏ ਕਿ ਕੈਨੇਡਾ ਦੀ ਜਿਹੜੀ ਅਫੀਸ਼ੀਅਲ ਪਾਸ਼ਨ ਨੀਤੀ ਹੈਗੀ ਆ ਉਹਨੂੰ ਇਹ ਦੁਬਾਰਾ ਵਿਜ਼ਿਟ ਕਰਨ ਤੇ ਹੁਣ ਦੀ ਜਿਹੜੀਆਂ ਹਾਲਤਾਂ ਆ ਹੁਣ ਦੀ ਡੈਮੋਗ੍ਰਾਫਿਕ ਹੈ ਜਿਹੜੀ ਕੈਨੇਡਾ ਦੀ ਉਹਦੇ ਮੁਤਾਬਕ ਨਵੀਆਂ ਪਾਲਿਸੀਆਂ ਲਿਆਉਣ ਉਹਨਾਂ ਭਾਸ਼ਾਵਾਂ ਨੂੰ ਵੀ ਉਹਦਾ ਹਿੱਸਾ ਬਣਾਇਆ ਜਾਵੇ ਬਿਲਕੁਲ ਮਤਲਬ ਕਿਉਂਕਿ ਇਹ ਤਾਂ ਹੈ ਨਹੀਂ ਕੋਈ ਮਤਲਬ ਉਤੋਂ ਲੈ ਕੇ ਆਈ ਹੈ ਗੱਲ ਇਹ ਜਿਨ੍ਹਾਂ ਦੇ ਕੋਲ ਪਾਵਰ ਸੀ ਉਹਨਾਂ ਨੇ ਕੱਲੀ ਪਹਿਲਾਂ ਅੰਗਰੇਜ਼ੀ ਰੱਖੀ ਫ੍ਰੈਂਚ ਦੇ ਮਤਲਬ 19 ਮਲ ਪਾਵਰਫੁਲ ਵੀ ਕਮਿਊਨਿਟੀ ਸੀ ਉਹਨਾਂ ਨੇ ਆਪਣੀ ਫ੍ਰੈਂਚ ਵੀ ਉੱਥੇ ਸਟੈਬਲਿਸ਼ ਕਰ ਲਈ ਜਿਹੜੇ ਨੇਟਿਵ ਲੋਕ ਆ ਹੁਣ ਕੋਸ਼ਿਸ਼ ਕਰ ਰਹੇ ਆ pô ਆਪਣੀਆਂ ਉਹਨਾਂ ਦੀਆਂ ਇੱਕ ਦੋ ਬੋਲੀਆਂ ਨੂੰ ਇਹਨਾਂ ਨੇ ਹੁਣ ਮਾਨਤਾ ਦੇਣੀ ਸ਼ੁਰੂ ਕੀਤੀ ਹੈ ਆਫੀਸ਼ੀਅਲ ਕੈਨੇਡਾ ਦੇ ਵਿੱਚ ਸੋ ਜਿਹੜੀ ਜਿਹੜੀ ਇਹ ਗੱਲ ਆ ਇਹ ਮਤਲਬ ਜਿਹੜੀਆਂ ਚੇਂਜਸ ਹੋਣੀਆਂ ਆ ਅਸੀਂ ਹੁਣ ਪਿਛਲੇ 123 24 ਸਾਲ ਤੋਂ ਕੈਨੇਡਾ ਦੇ ਵਿੱਚ ਸਾਡੀ ਬੋਲੀ ਆ ਜਿਹੜੀ ਉਹ ਪੂਰੀ ਤਰ੍ਹਾਂ ਇਹਦੇ ਵਿਕਾਸ ਦੇ ਵਿੱਚ ਹਿੱਸਾ ਪਾ ਰਹੀ ਆ ਤੇ ਸਾਨੂੰ ਸਾਡਾ ਨਾਂਨਸ਼ਾਨ ਘੱਡੇ ਵਿੱਚ ਕੋਈ ਨਹੀਂ ਹੈ ਸੋ ਜਿਹੜੀ ਇਹ ਗੱਲ ਹੈਗੀ ਆ ਕਿ ਅਸੀਂ ਮਤਲਬ ਜਿਹੜੀ ਖਾਸ ਤੌਰ ਤੇ ਮਤਲਬ ਅਪੀਲ ਕਰਨੀ ਚਾਹੁੰਦੇ ਆ ਆਪਣੀ ਜਥੇਬੰਦੀ ਵੱਲੋਂ ਜਾਂ ਪਰਸਨਲ ਵੀ ਲੇਖਕ ਦੇ ਤੌਰ ਤੇ ਵੀ ਆਪਾਂ ਸਾਰੇ ਸਾਰੇ ਰਲ ਕੇ ਕਿ ਜੇ ਅਸੀਂ ਆਪਣੇ ਨੰਬਰ ਬਦਾਲ ਲਈਏ ਜਿਹੜੀ ਕਿ ਮਤਲਬ ਨੰਬਰ ਹੈਗੇ ਆ ਸਿਰਫ ਉੱਥੇ ਆਪਣਾ ਉਹ ਕਲੇਮ ਕਰਨ ਦੀ ਲੋੜ ਆ ਪਈ ਅਸੀਂ ਪੰਜਾਬੀ ਸਾਡੀ ਮਾਂ ਬੋਲੀ ਪੰਜਾਬੀ ਆ ਜੇ ਅਸੀਂ ਇਹ ਕਰ ਲਈਏ ਤਾਂ ਨੰਬਰ ਜੇ ਉਹ ਦੱਸਦੇ ਹੋਣ ਤਾਂ ਅਸੀਂ ਮਤਲਬ ਆਪਣੇ ਕਿਉਂਕਿ ਸਾਡੇ 22 ਬੰਦੇ ਤਾਂ ਹੁਣ ਬੈਠੇ ਆਉਟਵਾ ਦੇ ਵਿੱਚ ਉਹ ਭਾਵੇਂ ਉਹਨਾਂ ਨੇ ਬੋਲੀ ਦੀ ਕੋਈ ਗੱਲ ਨਹੀਂ ਕੀਤੀ ਪਰ ਜੇ ਅਸੀਂ ਥੋੜੇ ਜੇ ਚੇਤਨ ਹੋ ਕੇ ਉਹਨਾਂ ਨੂੰ ਵੀ ਕਈਏ ਪੇ ਵੀ ਹਾਂ ਵੀ ਤੁਸੀਂ ਬੋਲੀ ਦੀ ਵੀ ਗੱਲ ਕਰੋ ਔਰ ਜੇ ਨੰਬਰ ਵੱਧ ਹੋਣ ਤੇ ਅਸੀਂ ਉਹਨਾਂ ਨੂੰ ਕਹਿ ਸਕਦੇ ਹਾਂ ਵੀ ਤੁਸੀਂ ਕੈਨੇਡਾ ਦੇ ਵਿੱਚ ਪੰਜਾਬੀ ਬੋਲੀ ਲਈ ਵੀ ਕੋਈ ਯਤਨ ਕਰੋ ਕਿਸੇ ਕਿਸਮ ਦਾ ਕੋਈ ਫਾਰਮੂਲਾ ਤਿਆਰ ਕੀਤਾ ਜਾਵੇ ਜਿਹਦੇ ਚ ਦੂਜੀਆਂ ਬੋਲੀਆਂ ਨੂੰ ਵੀ ਮਤਲਬ ਭਾਵੇਂ ਕੋਈ ਉਹਨਾਂ ਦੇ ਬਰਾਬਰ ਨਹੀਂ ਫ੍ਰੈਂਚ ਤੇ ਅੰਗਰੇਜ਼ੀ ਦੀ ਅਸੀਂ ਇਹ ਨਹੀਂ ਕਹਿੰਦੇ ਉਹਨਾਂ ਦੇ ਬਰਾਬਰ ਸਾਨੂੰ ਕਹੜੇ ਕਰੋ ਪਰ ਕਿਸੇ ਕਿਸਮ ਦੀ ਮਾਨਤਾ ਮਿਲਣੀ ਚਾਹੀਦੀ ਆ ਅ ਮਤਲਬ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਇਹਨੂੰ ਸੋਸ਼ਲ ਸਾਇੰਸ ਦੇ ਵਿੱਚ ਲਿੰਗੁਸਿਜ਼ਮ ਕਹਿੰਦੇ ਆ ਉਹਨੂੰ ਹੈਨਾ ਜਿਹੜਾ ਇਹ ਨਸਲਵਾਦ ਹੈਗਾ ਹੈ ਭਾਸ਼ਾ ਦੇ ਆਧਾਰ ਤੇ ਉਹਨੂੰ ਲਿੰਗੁਸਿਜ਼ਮ ਕਹਿੰਦੇ ਆ ਉਹ ਨੰਗਾ ਨੰਗਾ ਚਿੱਟਾ ਹੋ ਰਿਹਾ ਹੈ ਕੈਨੇਡਾ ਦੇ ਵਿੱਚ ਸੋ ਸਾਡਾ ਇਹ ਫਰਜ਼ ਬਣਦਾ ਕਿ ਅਸੀਂ ਜਿਵੇਂ ਪਹਿਲੀਆਂ ਦੂਜੀਆਂ ਨਸਲਵਾਦ ਬਾਰੇ ਜਾਂ ਦੂਜੀਆਂ ਗੱਲਾਂ ਬਾਰੇ ਅਸੀਂ ਆਵਾਜ਼ ਉਠਾਈ ਹੈਗੀ ਆ ਸਾਨੂੰ ਇਹਦੇ ਬਾਰੇ ਵੀ ਕਰਨੀ ਚਾਹੀਦੀ ਆ ਜਿਵੇਂ ਤੁਸੀਂ ਗੱਲ ਕੀਤੀ ਮੈਂ ਇੱਥੇ ਇੱਕ ਗੱਲ ਕਲੀਅਰ ਕਰਦੇ ਆਂ ਵੀ ਅਸੀਂ ਇਹ ਨਹੀਂ ਕਹਿ ਰਹੇ ਵੀ ਹਰ ਕੋਈ ਪੰਜਾਬੀ ਲਿਖਾਓ ਜਿਸ ਕਿਸੇ ਦੀ ਜੋ ਮਾਤ ਭਾਸ਼ਾ ਉਹ ਲਿਖਾਓ ਕਿਉਂਕਿ ਹਰ ਇੱਕ ਜਿਹੜੀ ਭਾਸ਼ਾ ਉਹ ਸਤਿਕਾਰਯੋਗ ਆ ਹਾਂ ਅਸੀਂ ਇੰਨਾ ਜ਼ਰੂਰ ਚਾਹੁੰਦੇ ਆ ਵੀ ਜਿਨ੍ਹਾਂ ਦੀ ਮਾਤਾ ਪੰਜਾਬੀ ਬੋਲਦੀ ਸੀ ਜਿਨ੍ਹਾਂ ਦੀ ਮਾਤਾ ਪੰਜਾਬੀ ਬੋਲਦੀ ਸੀ ਜਾਤ ਪਾਤ ਧਰਮ ਤੇ ਇਹ ਖਿੱਤੇ ਤੋਂ ਉੱਤੇ ਉੱਠ ਕੇ ਹਾਂ ਅਸੀਂ ਉਸ ਭਾਸ਼ਾ ਨੂੰ ਆਪਣੀ ਮਾਤ ਭਾਸ਼ਾ ਲਖਾਈਏ ਜਿਹੜੀ ਕਿ ਸਾਡੀ ਮਾਤਾ ਬੋਲਦੀ ਸੋ ਮੇਰਾ ਖਿਆਲ ਹੈ ਜੇ ਉਹ ਸਾਰੇ ਜਣੇ ਆਪਣਾ ਫਰਜ ਪੁਰਸ਼ਾਨਣਾ ਜਿਵੇਂ ਤੁਸੀਂ ਕਿਹਾ ਵੀ ਅਸੀਂ ਮਤਲਬ ਦੁੱਗਣਾ ਤਾਂ ਸੌਖਾ ਹੀ ਹੋ ਜਾਾਂਗੇ ਗਿਣਤੀ ਦੇ ਵਿੱਚ ਔਰ ਫਿਰ ਜੇ ਮੰਨ ਲਓ ਸਾਡੀ ਗਿਣਤੀ ਵੱਧਦੀ ਆ ਸੈਂਸਸ ਦੇ ਵਿੱਚ ਉਦੋਂ ਉਦੋਂ ਸਾਨੂੰ ਕੀ ਸਦੇ ਬੈਨੀਫਿਟ ਹੁੰਦੇ ਆ ਦੇਖੋ ਪਹਿਲੀ ਗੱਲ ਇਹ ਆ ਕਿ ਸਰਕਾਰ ਨੂੰ ਮਤਲਬ ਸਾਡੀ ਭਾਸ਼ਾ ਵੱਲ ਧਿਆਨ ਦੇਣਾ ਪਊਗਾ ਹੈਨਾ ਹੁਣ ਜੇ ਤੁਸੀਂ ਦੇਖੋ ਮਤਲਬ ਜਿਹੜੀ ਇਹ ਦੋ ਅਫੀਸ਼ੀਅਲ ਲੈਂਗੁਏਜ ਹੈ ਦੇ ਨਾ ਜੇ ਤੁਸੀਂ ਇਹਨਾਂ ਦਾ ਦੇਖੋ ਮਤਲਬ ਕਿਦਾਂ ਉਹ ਕੰਮ ਕਰਦੀਆਂ ਆ ਤਾਂ ਕੈਨੇਡਾ ਵਿੱਚ ਹਰ ਸਾਲ ਬਿਲੀਅਨਸ ਡਾਲਰਸ ਉਹ ਇਹਨਾਂ ਨੂੰ ਪ੍ਰਮੋਟ ਕਰਨ ਲਈ ਖਰਚਦੇ ਆ ਹੈਨਾ ਸਾਡ ਅਸੀਂ ਵੀ ਟੈਕਸ ਦਿੰਦੇ ਆ ਪਿਛਲੇ 130 ਸਾਲ ਤੋਂ ਦੇ ਰਹੇ ਆ ਸਾਡਾ ਵੀ ਕੋਈ ਹੱਕ ਬਣਦਾ ਆ ਸਾਨੂੰ ਜਿਹੜੀ ਇਹ ਅੰਦਰ ਜਿਹੜੀ ਸਾਡਾ ਡਰਿਆ ਨਾ ਪਈ ਅਸੀਂ ਅਸੀਂ ਜੇ ਆਪਣੀ ਬੋਲੀ ਦੀ ਗੱਲ ਕਰਾਂਗੇ ਜਾਂ ਇਹ ਮੰਗ ਮੰਗਾਗੇ ਤਾਂ ਸਾਡਾ ਪਤਾ ਨਹੀਂ ਕਿਸੇ ਤਰ੍ਹਾਂ ਮਤਲਬ ਸਾਨੂੰ ਕੈਨੇਡੀਅਨ ਠੀਕ ਨਹੀਂ ਸਮਝਣਗੇ ਸਾਨੂੰ ਇਹ ਡਰ ਕੱਢ ਚੋ ਦਿਲ ਤੋਂ ਕੱਢ ਦੇਣਾ ਚਾਹੀਦਾ ਅਸੀਂ ਕੈਨੇਡੀਅਨ ਆ ਬਿਲਕੁਲ ਹੈਨਾ ਮਤਲਬ ਜਿਵੇਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਵਤਨੋਂ ਦੂਰ ਸਾਡਾ ਮੈਗਜ਼ੀਨ ਸੀ ਉਹਦਾ ਨਾਮ ਅਸੀਂ ਵਤਨ ਰੱਖਿਆ ਅਸੀਂ ਉਹਦਾ ਡਿਸਾਈਡ ਕੀਤਾ ਕਿ ਸਾਡਾ ਮੋਲਕ ਆ ਔਰ ਅਸੀਂ ਇੱਥੇ ਰਹਿਣਾ ਆ ਕੈਨੇਡੀਅਨ ਬਣ ਕੇ ਪਰ ਨਾਲ ਪੰਜਾਬੀ ਬਣ ਕੇ ਵੀ ਬਿਲਕੁਲ ਸੋ ਅਸੀਂ ਅਸੀਂ ਇਹ ਕੋਈ ਗਲਤ ਕੱਲ ਨਹੀਂ ਮੰਗ ਰਿਆ ਅਸੀਂ ਆਪਣਾ ਹੱਕ ਮੰਗ ਰਹੇ ਆਂ ਔਰ ਦੁਨੀਆ ਦੇ ਵਿੱਚ ਜੇ ਇਹ ਸਾਡੇ ਕਲਚਰ ਨੂੰ ਮੰਨਦੇ ਆ ਤੇ ਜਿਹੜੀ ਬੋਲੀ ਆ ਉਹਦਾ ਕਲਚਰ ਦਾ ਹਿੱਸਾ ਹੈ ਔਰ ਅਸੀਂ ਇੱਥੋਂ ਦੇ ਕਨੂਰ ਦੇ ਦਾਇਰੇ ਚ ਰਹਿ ਕੇ ਸਾਰਾ ਕੁਝ ਕਰ ਰਹੇ ਹਾਂ ਬਿਲਕੁਲ ਕਿਉਂਕਿ ਅਸੀਂ ਕਹਿੰਨੇ ਆ ਕਿ ਜੇ ਤੁਸੀਂ ਸਾਡੇ ਕਲਚਰ ਨੂੰ ਇੱਥੇ ਮਾਨਤਾ ਦਿਤੀ ਆ ਸਾਡੇ ਧਰਮ ਨੂੰ ਮਾਨਤਾ ਦਿਤੀ ਆ ਸਾਡੀਆਂ ਹੋਰਨਾਂ ਚੀਜ਼ਾਂ ਨੂੰ ਸਾਡੇ ਖਾਣੇ ਨੂੰ ਵੀ ਦਿਤੀ ਆ ਸਾਡੇ ਪਹਿਰਾਵੇ ਨੂੰ ਵੀ ਦਿਤੀ ਆ ਸੋ ਇਹਦੇ ਨਾਲ ਜਿਹੜੀ ਜਿਹੜੀ ਇਹ ਨਾ ਸਾਰਿਆਂ ਨੂੰ ਜੋੜਨ ਵਾਲੀ ਇੱਕ ਚੀਜ਼ ਹੈਗੀ ਆ ਕੜੀ ਆ ਉਹ ਸਾਡੀ ਬੋਲੀ ਆ ਉਹਨੂੰ ਵੀ ਮਾਨਤਾ ਦੋ ਅਸੀਂ ਕਦੇ ਵੀ ਫਿਰਕਾ ਪਲੀਵ ਬਲੋ ਨਾ ਅਸੀਂ ਕਦੇ ਵੀ ਇਹ ਨਹੀਂ ਕਹਿੰਦੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਸਿਰਫ ਪੰਜਾਬੀ ਸਿਖਾ ਲਓ ਅਸੀਂ ਕਹਿੰਨੇ ਆ ਅੰਗਰੇਜ਼ੀ ਪਹਿਲਾਂ ਇੱਥੇ ਭਾਵੇਂ ਦੁਨੀਆ ਦੇ ਵਿੱਚ ਜਿਹੜੀ ਜਿਹੜੀ ਮਾਂ ਬੋਲੀ ਆ ਉਹ ਪਹਿਲਾਂ ਸਖਾਲੀ ਜਾਣੀ ਚਾਹੀਦੀ ਆ ਇਹ ਜਿਹੜੀ ਭਾਸ਼ਾ ਬਗੈਨੀ ਕਹਿੰਦੇ ਆ ਪਰ ਇੱਥੇ ਸਾਡੇ ਲਈ ਅਸੀਂ ਇਹ ਗੱਲ ਕਹਿੰਦੇ ਆ ਕਿ ਪਹਿਲਾਂ ਅੰਗਰੇਜ਼ੀ ਸਿੱਖੋ ਬੱਚਿਆਂ ਨੂੰ ਅੰਗਰੇਜ਼ੀ ਸਿਖਾਲੋ ਪਰ ਨਾਲ ਪੰਜਾਬੀ ਵੀ ਸਿਖਾਲੋ ਉਹ ਸਾਡੀ ਮਾਂ ਬੋਲੀ ਆ ਅਸੀਂ ਇੱਥੇ ਰਹਿਣਾ ਆ ਔਰ ਸਾਡਾ ਭਾਈਚਾਰਾ ਜਿਹੜਾ ਉਹ ਕਿਸੇ ਤਰ੍ਹਾਂ ਮੈਲਟਵੇ ਨਹੀਂ ਹੋ ਜਾਣਾ ਹੈ ਅਗਲੇ 50 100 ਸਾਲ ਦੇ ਵਿੱਚ ਅਸੀਂ ਰਹਿਣਾ ਆ ਔਰ ਜੇ ਸਾਡੇ ਕੋਲ ਭਾਸ਼ਾ ਹੋਊਗੀ ਤਾਂ ਅਸੀਂ ਉਨਾ ਹੀ ਸਟਰੋਂਗ ਰਹਾਂਗੇ ਕੈਨੇਡੀਅਨ ਵੀ ਅਸੀਂ ਵਧੀਆ ਬਣਾਂਗੇ ਇੰਡੀਆ ਦੇ ਵਿੱਚ ਅਸੀਂ ਤਿੰਨ ਚਾਰ ਜ਼ਬਾਨਾਂ ਬੋਲ ਕੇ ਵੀ ਵਧੀਆ ਭਾਰਤੀ ਹਾਂ ਬਹੁਤ ਵਧੀਆ ਤੇ ਆ ਸਾਊਜੀ ਸਮਾਂ ਬੜੀ ਛੇਤੀ ਦੌੜਦਾ ਹੈਗਾ ਅੰਤ ਵਿੱਚ ਮੈਂ ਚਾਹਾਂਗਾ ਤੁਸੀਂ ਹੁਣ ਆਪਣੇ ਦੇਖਣ ਸੌਣ ਵਾਲਿਆਂ ਨੂੰ ਆਪਣੇ ਵੱਲੋਂ ਸਨੇਹਾ ਪਲੀਵ ਵੱਲੋਂ ਸਨੇਹਾ ਦਿਓ ਬਿਲਕੁਲ ਜੀ ਸਾਡਾ ਪੰਜਾਬੀ ਲੈਂਗੁਏਜ ਐਜੂਕੇਸ਼ਨ ਐਸੋਸੀਏਸ਼ਨ ਵੱਲੋਂ ਮੇਰੇ ਵੱਲੋਂ ਜਾਂ ਸਾਰੇ ਬਾਕੀ ਜਿਹੜੇ ਵੀ ਲੋਕ ਸਾਡੇ ਪੰਜਾਬੀ ਦੇ ਨਾਲ ਸਨੇਹ ਰੱਖਦੇ ਆ ਸਾਡਾ ਸਾਰਿਆਂ ਨੂੰ ਇੱਕ ਦੂਜੇ ਨੂੰ ਇਹ ਸਨੇਹਾ ਕਿ 11 ਮਈ ਨੂੰ ਜਦੋਂ ਆਪਾਂ ਫਾਰਮ ਭਰੀਏ ਜਿਹੜੇ ਮਰਦਮਸ਼ਮਰੀ ਦੇ ਆ ਪਹਿਲੀ ਵਾਰ ਗੱਲ ਉਹ ਭਰਨੇ ਜ਼ਰੂਰ ਚਾਹੀਦੇ ਆ ਸਾਡਾ ਨਾਗਰਿਕ ਦੇ ਤੌਰ ਤੇ ਫਰਜ ਬਣਦਾ ਆ ਦੂਜਾ ਉਹਦੇ ਵਿੱਚ ਜਦੋਂ ਮਾਂ ਬੋਲੀ ਦਾ ਜਿਹੜਾ ਬੋਲੀ ਦਾ ਖਾਨਾ ਆਉਂਦਾ ਤਾਂ ਉਹਦੇ ਚ ਅਸੀਂ ਆਪਣੇ ਬਾਕੀ ਦੇ ਸਾਰੇ ਜਿਵੇਂ ਮਹਾਂਗਿਲ ਹੋਰਾਂ ਨੇ ਕਿਹਾ ਉਹ ਫਾਰ ਜਿਹੜੇ ਭਲਾ ਕੇ ਫੋਰ ਦਾ ਟਾਈਮ ਵੀ ਆਈ ਅਸੀਂ ਪੰਜਾਬੀ ਬੋਲੀ ਨੂੰ ਜੇ ਆਪਣੀ ਮਾਂ ਬੋਲੀ ਦੇ ਤੌਰ ਤੇ ਉੱਥੇ ਦਰਜ ਕਰਾਈਏ ਤਾਂ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਕੈਨੇਡਾ ਦੇ ਵਿੱਚ ਭਵਿੱਖ ਭਾਈਚਾਰੇ ਦਾ ਤੇ ਸਾਡੀ ਬੋਲੀ ਦਾ ਵੀ ਤੇ ਸਾਡੇ ਸਾਹਿਦ ਦਾ ਵੀ ਸਾਡੀ ਕਲ ਬਾਕੀਆਂ ਕਲਾਮਾਂ ਦਾ ਵੀ ਉਹ ਬਹੁਤ ਵਧੀਆ ਹੋ ਸਕਦਾ ਹੈ ਅਸੀਂ ਕਦੇ ਵੀ ਅੰਗਰੇਜ਼ੀ ਜਾਂ ਫ੍ਰਾਂਸੀਸੀ ਦੇ ਕਿਸੇ ਕਿਸਮ ਦਾ ਕੋਈ ਬਰੋਚ ਗੱਲ ਨਹੀਂ ਕਰਦੇ ਅਸੀਂ ਸਿਰਫ ਇਹ ਕਿੰਨੇ ਵੀ ਸਾਡੀ ਪੰਜਾਬੀ ਨੂੰ ਵੀ ਕੈਨੇਡੀਅਨ ਜਿਹੜਾ ਉਹ ਦਰਜਾ ਮਿਲੇ ਤੇ ਉਹ ਉਹ ਕਿਸੇ ਹੋਰ ਨੇ ਨਹੀਂ ਦੇਣਾ ਉਹ ਅਸੀਂ ਆਪਣੇ ਨੰਬਰ ਵਧਾ ਕੇ ਉਹ ਕਰ ਸਕਦੇ ਹਾਂ ਸੋ ਜੇ ਮਤਲਬ ਸੰਭਵ ਹੋਵੇ ਸਾਡੀ ਸਾਰਿਆਂ ਦੀ ਅਪੀਲ ਹੈਗੀ ਆ ਕਿ ਉਸ ਫਾਰਮ ਦੇ ਵਿੱਚ ਆਪਣੀ ਮਾਂ ਬੋਲੀ ਪੰਜਾਬੀ ਦਰਜ ਕਰਾਓ ਮਿਹਰਬਾਨੂ ਸਾਦੂ ਮਿੰਨਿੰਗ ਜੀ ਤੁਹਾਡਾ ਆਉਣ ਲਈ ਬਹੁਤ-ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਮਾਣ ਗਿਲਜੀਤ ਵਕਤ ਦੇਣ ਲਈ। ਸ਼ੁਕਰੀਆ। ਅੱਜ ਜਿਸ ਤਰ੍ਹਾਂ ਕਿਹਾ ਗਿਆ ਮੈਂ ਆਪਣੇ ਵੱਲੋਂ ਵੀ ਸਾਰਿਆਂ ਨੂੰ ਇਹ ਤਾਕੀਦ ਕਰਦਾ ਜਿਨ੍ਹਾਂ ਦੀ ਮਾਤਾ ਪੰਜਾਬੀ ਬੋਲਦੀ ਆ ਉਹ ਸਾਰੇ ਜਦੋਂ ਮਾਤ ਪਾਸ਼ਾ ਲਿਖਾਉ ਤਾਂ ਉਹਨੂੰ ਪੰਜਾਬੀ ਲਿਖਾਓ। ਇੱਕ ਤਰ੍ਹਾਂ ਨਾਲ ਇਹ ਸਾਡੀ ਸਾਰਿਆਂ ਦੀ ਸਾਡੇ ਸੱਭਿਆਚਾਰ ਲਈ ਸਾਡੀ ਬੋਲੀ ਲਈ ਬਹੁਤ ਵੱਡਾ ਯੋਗਦਾਨ ਹੋਊਗਾ। ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ। ਸਾਰਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ